लव्यो बाच बेनती चौपाई हमरी करो हाथ दर अच्छा पूर्ण मुझ की इच्छा तब चरण मंग रहे हमारा अपना जान करो पारा हमरे दुख भाव हो आप आपका विचार हो। ਗੱਤਾ ਪਾ ਲਈਓ ਉਹ ਗੱਤਾ ਹੈਗਾ ਬਾਬੇ ਇਹਨੇ ਛਿੱਲ ਦੇਣਾ ਇਹਦੇ ਗੱਤਾ ਲਾ ਲਓ ਨਾਲ ਇਹ ਜੀ ਦੇਖੋ ਕਹਿੰਦਾ ਕਿ ਕੈਮਰਾ ਆਫ ਹੈ ਰਿਕਾਰਡਿੰਗ ਬੰਦ ਹੈ ਤਾਂ ਦਬ ਕੇ ਮਾਰਨ ਲੱਗ ਪਿਆ ਲਓ ਜੀ ਦੋਸਤੋ ਝੰਡਾ ਲੱਗ ਗਿਆ ਜੀ ਗੱਡੀ ਦੇ ਅੱਗੇ ਤੇ ਸਾਡੇ ਚਾਲੇ ਪੈ ਗਏ ਆ ਦਿੱਲੀ ਵੱਲ कंबली तो नहीं नींद आनी जी इतने सो रहे आ देखो जी आ गई रजाई लगता देखो की हाल हो गया सरकार अन्नी हुई पई है देखता नहीं है तेरे आईडी ने चंद्र कानून मोदिया असी मोड़ दांगे हाँ जी सत श्रीकाल दोस्तों स्वागत है तुहाडा तुहाडा तुहाडे अपने चैनल पीवी जीरो सत वाले ते अज परमात्मा की कृपा दे नाल अज तीजी वारी मौका मिल रहा जी सानू दिल्ली जाण दा लक्की अमन भाजी झंडा ला रहे जी तो मेन चीज कैमरा ऑन करने का मकसद यही दिखाना सी कि देखो इधर आप कि गड्डिया के झंडे लग रहे हैं अज असी स्टिकर भी लवाया अपनी गड्डी पे तो दो वारी पिछली बारी असी हमेशा रात को तुरते होंगे सी दो बजे तो जो दूजो वारी पहला गए हैं रात को दो बजे तुरते होंगे सी तो इन्ना टाइम नहीं मिलता हों कि स्पीकर लवा सकी है या फिर जा सकी है यार इतने ना गत्ता पा लियो वह गत्ता है बाबे इन्हें छिल देना ये गत्ता ला लो नाल बबे हूँ गत्ता ला के ना फिर मोड़ो गत्ता पिछू पेटी जो कढ़ ला पेटी का पेटी का गत्ता जहाँ पाड़ ला रिकॉर्डिंग तो लाई हुई है ये जी देखो कहता कि कैमरा ऑफ है रिकॉर्डिंग बंद है तो दब के मारन लग पाया कैमरे के मूहरे नहीं बोलता इस टाइम असं खड़े हैं जी बलाचौर तो सारिया गड्डिया दिल्ली में जा रही जेड़े दोस्त साढ़े नाल नवे जुड़े आ बेनती आ बैल आईकॉन बटन जरूर प्रेस करन ता जो साड़ियां नवीं अपडेट्स आ थोड़े तक पहुँच सकन। लो जी दोस्तों झंडा लग गया जी गड्डी दे अगे ते साडे चाले पै गए दिल्ली वालू ते दिल्ली जिहड़ी पसंदा ने मल्ली Thank you.
ਤੇ ਇਸ ਟਾਈਮ ਰਾਤ ਦਾ ਟਾਈਮ ਹੋਇਆ ਜੀ 11:30 ਵਜ ਗਿਆ 11:30 ਹੋ ਗਿਆ ਜੀ ਜਵਾਨ ਜਿਹੜੇ ਖੜੇ ਆ ਮੋਰਚਿਆਂ ਤੇ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਜਿਹੜੇ ਮੁੰਡੇ ਪਹਿਰਾ ਦੇ ਰਹੇ ਦਿਨ ਰਾਤ ਅਤੇ ਆਪਣੇ ਬਜ਼ੁਰਗ ਵੀ ਇੱਥੇ ਬੈਠੇ ਆ ਅਤੇ ਜਿਹੜੀਆਂ ਗੱਡੀਆਂ ਧਰਨੇ 'ਤੇ ਜਾ ਰਹੀਆਂ ਉਹਨਾਂ ਨੂੰ ਸਿੱਧਾ ਨਗਾਇਆ ਜਾ ਰਿਹਾ ਕਿਉਂਕਿ ਪਰਸੋਂ ਚੌਥ ਲੱਖਾ ਸਿਧਾਣੇ ਵੀਰ ਵੱਲੋਂ ਬਾਕੀ ਰੋਡ ਬੰਦ ਕੀਤੇ ਗਏ ਸੀ ਵੀ ਕਿਹਾ ਗਿਆ ਸੀ ਵੀ ਜਿਹੜੇ ਗੱਡੀਆਂ ਧਰਨੇ 'ਤੇ ਆ ਰਹੀਆਂ ਉਹੀ ਗੱਡੀਆਂ ਸਿਰਫ ਲੰਘਣ ਦੇਣੀਆਂ ਬਾਕੀ ਹੋਰ ਕੋਈ ਗੱਡੀ ਲੰਘਣ ਨਹੀਂ ਦੇਣੀ ਨੁਕਸਾਨ ਕਰ ਜਾਂਦੇ ਆ ਪਰਸੋਂ ਚੌਥ ਵੀ ਇਹਨਾਂ ਨੇ ਕਿਸੇ ਕਿਸਾਨ ਦੇ ਵਿੱਚ ਗੱਡੀ ਮਾਰੀ ਆ ਅਤੇ ਜਿਹਦੇ ਨਾਲ ਕਿਸੇ ਆਪਣੇ ਕਿਸਾਨ ਵੀਰ ਦੀ ਡੈਥ ਹੋਈ ਆ ਉਸ ਤੋਂ ਬਾਅਦ ਵਿੱਚ ਇੱਥੋਂ ਸਿੱਧੀਆਂ ਗੱਡੀਆਂ ਸਿਰਫ ਉਹੀ ਲੰਘਣ ਦਿੱਤੀਆਂ ਜਾ ਰਹੀਆਂ ਜਿਹੜੀਆਂ ਕਿਸਾਨੀ ਧਰਨੇ 'ਤੇ ਜਾ ਰਹੀਆਂ ਇਹ ਜਾਣੀ ਕਿ ਸਾਰਾ ਦਿਨ ਹੀ ਆਪਾਂ ਲਗਾਉਂਦੇ ਹਾਂ ਸਾਰਾ ਦਿਨ ਜੀ ਬਾਜੀ ਨਾਲ ਲਾਉਂਦੇ ਹਾਂ ਜੀ ਸਾਰਾ ਦਿਨ ਹੈ ਨਾ ਹਾਂਜੀ ਸਾਰਾ ਦਿਨ ਮਤਲਬ ਜਿਹੜੀ ਗੱਡੀ ਓਪਰੀ ਉਹ ਨਾ ਜਾਵੇ ਉਹ ਨਹੀਂ ਜਾਣ ਦਿੰਦੇ 24 ਘੰਟੇ ਹੁੰਦਾ ਜੀ ਹਾਂ ਤੁਸੀਂ ਦੇਖ ਸਕਦੇ ਹੋ ਸਾਡੇ ਬਜ਼ੁਰਗ ਮੋਰਚੇ 'ਤੇ ਖੜ੍ਹੇ ਆ ਕਿਉਂਕਿ ਜਿਹੜਾ ਇੱਧਰ ਨੂੰ ਮਤਲਬ ਜਿਹੜੇ ਦੂਜੀਆਂ ਵੱਡੀਆਂ ਗੱਡੀਆਂ ਇੱਧਰ ਚੱਲ ਜਾਂਦੀਆਂ ਆ ਉਹ ਬਹੁਤ ਰਾਤ ਨੂੰ ਨੁਕਸਾਨ ਬਹੁਤ ਕਰਦੇ ਆ ਪਹਿਲਾਂ ਨੁਕਸਾਨ ਹੋ ਚੁੱਕਿਆ ਇਸ ਕਰਕੇ ਅਵੇਅਰ ਹੋ ਗਏ ਸਾਡੇ ਬੰਦੇ ਅਤੇ ਇਹਨਾਂ ਨੇ ਪਿੱਛੋਂ ਹੀ ਮੋਰਚਾ ਲਗਾਤਾ ਇੱਧਰ ਨੂੰ ਆਹ ਦਿਖਾ ਸਕਦੇ ਹਾਂ ਆਹ ਬਾਹਰੋਂ ਬਾਹਰ ਨਿਕਲ ਜਾਂਦਾ ਰੋਡ ਜਿਹੜਾ ਇੱਧਰ ਨੂੰ ਜਾਂਦੀ ਹੈ ਗੱਡੀ ਸਿਰਫ ਇੱਧਰ ਨੂੰ ਗੱਡੀ ਉਹੀ ਜਾਊਗੀ ਜਿਹੜੀ ਤੂਫਾਨੀ ਧਰਨੇ 'ਤੇ ਜਾ ਰਹੀ ਆ ਰਾਤ ਦੇ 12 ਵੱਜ ਗਏ ਆ ਜੀ ਸਾਡੇ ਬਜ਼ੁਰਗ ਹਾਂ ਅੱਜ ਵੀ ਝਟਕੇ ਲੈ ਕੇ ਖੜ੍ਹੇ ਆ ਪੈਂਟੋ ਆਏ ਆ ਕਿਸਾਨਾਂ ਦਾ ਬਾਰਡਰ ਦਿਖਾਤਾ ਕਿਸੇ ਦਿਨ ਦਿੱਲੀ ਵਾਲੇ ਬਾਰਡਰ ਕਹਿੰਦੇ ਹੁੰਦੇ ਸੀ ਪੁਲਿਸ ਵਾਲਿਆਂ ਨੇ ਬਾਰਡਰ ਲਾਇਆ ਕੁੰਡਰੀ ਬਾਰਡਰ ਲਾਇਆ ਜਿਹੜੀਆਂ ਗੱਡੀਆਂ ਹੋਈਆਂ ਉਹਨਾਂ ਤੋਂ ਪੈਸੇ ਲੈਂਦੇ ਆ ਜੀ ਇਸ ਵੇਲੇ ਕਿਸਾਨਾਂ ਨੇ ਬਾਰਡਰ ਆਪਣਾ ਖੜ੍ਹਾ ਕੀਤਾ ਜੀ ਸਿਰਫ ਉਹੀ ਗੱਡੀਆਂ ਅੰਦਰ ਜਾ ਰਹੀਆਂ ਜਿਹੜੀਆਂ ਸਿੰਗਲ ਡਾਊਨ ਕੀਤਾ ਬਾਪੂ ਹੋਣਾ ਮੋਹਰੇ ਕਹਿੰਦਾ ਨਹੀਂ ਤਾਂ ਨਹੀਂ ਬਾਪੂ ਹਾਂਜੀ ਅਸੀਂ ਜੋ ਛੋਟੇ ਛੋਟੇ ਹੁੰਦੇ ਸੀ ਨਾ ਦਿੱਲੀ ਆਈ ਦਾ ਸੀਗਾ ਜਿਹੜੇ ਪੁਲਿਸ ਵਾਲੇ ਹੁੰਦੇ ਸੀ ਨਾ ਇਹ ਕਹਿੰਦੇ ਹੁੰਦੇ ਜਿਹੜਾ ਦਿੱਲੀ ਉਹੀ ਜਾਊਗਾ ਜਿਹੜਾ 100 ਰੁਪਇਆ ਦੇ ਕੇ ਜਾਊਗਾ ਅੱਜ ਕਿਸਾਨਾਂ ਨੇ ਆਪਣਾ ਬਾਰਡਰ ਬਣਾ ਤਾ ਕਿ ਨਹੀਂ ਬਣਾ ਤਾ ਅੱਜ ਆਪਣੀ ਮਰਜ਼ੀ ਨਾਲ ਗੱਡੀ ਲੰਘੂਗੀ ਅੱਗੇ ਇਹਨਾਂ ਦਾ ਟਾਈਮ ਹੁੰਦਾ ਸੀ ਅੱਜ ਸਾਡਾ ਟਾਈਮ ਆ ਉਹ ਯਾਰ ਮੁੰਡਾ ਝੂਠ ਬੋਲਦਾ ਝੰਡਾ ਕਿੱਥੋਂ ਉੱਡ ਗਿਆ ਯਾਰ ਝੰਡਾ ਬੰਨਿਆ ਨਿਸ਼ਾਨੀ ਵੀ ਨਹੀਂ ਹੈਗੀ ਬੰਦੇ ਦਾ ਨੰਬਰ ਗੱਲ ਕਰਾ ਦੇ ਕਿਸੇ ਦਾ ਕਹਾਂ ਆਉਂਦੇ ਆ ਭਾਈ ਝੰਡੇ ਕੇ ਸਾਥ ਤੋਂ ਇਹ ਰੱਤੀ ਤੋਂ ਬਾਂਦੀ ਹੋ ਗਈ ਨਾ ਸਭ ਕੁਛ ਕਹਿੰਦੇ ਉੱਡ ਗਿਆ ਸਭ ਕੁਛ ਕਹਿੰਦੇ ਉੱਡ ਗਿਆ ਯਾਰ ਲਓ ਜੀ ਲਓ ਭਾਜੀ ਆਓ ਜੀ ਆਓ Thank you.
ਸਤਿਕਾਲ ਜੀ ਮੈਂ ਕਿਹਾ ਸਤਿਕਾਲ ਜੀ ਨਵਾਂ ਸਾਲ ਬਾਪੂ ਉਤਣੇ ਕਰਾਂਗੇ ਜਿੱਦਣ ਜਿੱਤ ਕੇ ਗਏ ਇੱਥੋਂ ਬਾਪੂ ਸਾਰੇ ਕਾਹਦੇ ਨਾਲ ਚਾਂਦ ਨਵੇਂ ਸਾਲ ਦੇ इस टाइम जो तुम टाइम देख सकते हो मेरी वॉच के उपर रात का बज गया एक परमात्मा करे सब तो पहला तो साढ़े जोड़े किसान बैठे आ धरने पर है ना जल्दी तो जल्दी फैसला आए तो सारे किसान बीबिया भैन बजुर्ग अपने अपने घर जा इस वेल देख सकते हैं तुम इस टाइम भी लंगर की सेवा चल रही है तो रात में एक बजे मैं थोनों ये लाइव फुटेज दिखा रहा कि रात में एक बजे एक बार पिछे भी लक्की बाई ने कहा ही कि मोदी का पंजा चौं साल तो छिया सत्त साल तो अड़ी करता तो जिन्हें पंगा पिया उन्होंने यही नहीं पता ये साढ़े पाँच सौ साल तो इदे खड़े आ लंगर इदे चलते जेडे लंगर से मीडिया कह रहा कि मतलब कितों फंडिंग हो रही है कितों की आ रहा वो लंगर तो साढ़े पाँच सौ साल तो चल रहे हैं मोदी तो बीजेपी गवर्नमेंट को समझना चाहिए कि वो तो हले पाँच सात साल तो ही अगले पाँच सात साल बाद किने होर किने होना किने नहीं होना कुछ नहीं पता किसानों अज पैंती दिन हो गए पर फिर भी किसी के मत्थे ते शिकन नहीं हैगी अज भी पूरी चढ़ती कला दे विच पूरे जोश दे विच नौजवान बजुर्ग सारे लगे हुए आ इस संघर्ष नूं इतिहास बनदा अपना मतलब योगदान पा रहे आ इस संघर्ष नूं इतिहास बनाउण दे विच हरियाणे वालों का भी पूरा योगदान है मतलब हरियाणे वालों भी अखो भुखे नहीं किया जा सकता जिन्ना योगदान पंजाब का आ तो उस तो ज़्यादा योगदान जा वध कह लिए जा घट कह लिए मतलब जा बराबर कह लिए पूरा योगदान हरियाणा वाले भरावां का भी है असीं जाणा सी टिकरी बार्डर ते असीं पहुँच चुके हैं संघू बार्डर ते मतलब असीं आ गए अगे ते इस वेले अपने खटखड़ कलां तो झंडा जी वाले बाबा जसवीर सिंह बाबा जसवीर हाँ उन्होंने मतलब उन्होंने वालों संगत वालों पूरा इतने लंगर लाया हुआ तो असी सौन का प्रबंध अपना इतने कर लिया तो लकी कंबड़ी च नींद आज नहीं बाबा लेके आने लगा बाकी तो मेहर सारी बाबे ने कर दी कंबड़ी तो नहीं नींद आनी अभी जी इतने सौ रहे हैं तो आ देखो जी आ गई रजाई अच्छा ठीक है ये अपने केड़ा जी किना दा जी ये हैगा अपने केड़ा आनंदगढ़ साहब तो हां आनंदपुर साहब तो नौरे नहीं लंगर चलदा हुंदा हां जेड़ा जेड़ा बाबा लाओ सिंह दा लंगर ठीक है जेड़ा 24 घंटे लंगर चलदा रहंदा है लंगर चलदा नौरे ठीक है ओले मोहल्ले नु रास दा लंगर चलदा हुंदा सही है मेरी गल सुनो इना नु भेज जाओ ना ना आपा इत्थे ही सोणा भरावा आपा इत्थे ही रहणा बाबे कोल खादा कोई अपने जी नौरे वालों का नौरे की नौरे संगत वालों लंगर लाया हुआ तो असी रिक्वेस्ट की आनंदगढ़ किला आनंदगढ़ वाले ठीक है ठीक है बाबा जी मेहरबानी हुण असीं तुहाडी वीडियो बनाउणी सी वीडियो तुहाडी बना लई ते मतलब हुण मिलदे आं कल सवेरे ਸਤਿ ਸ਼੍ਰੀ ਅਕਾਲ ਦੋਸਤੋ ਅਤੇ ਸਵੇਰ ਦਾ
ਦਾ ਸਮਾਂ ਆ, ਧੁੰਦ ਵੀ ਬਹੁਤ ਆ ਅਤੇ ਅਸੀਂ ਰਾਤ ਰੁਕੇ ਸੀਗੇ ਸਿੱਘੂ ਬਾਰਡਰ ਅਤੇ ਫਿਰ ਰਾਤ ਉੱਥੇ ਰੁਕੇ ਕਿਉਂਕਿ ਧੁੰਦ ਵੀ ਬਹੁਤ ਜ਼ਿਆਦਾ ਪੈ ਗਈ ਸੀਗੀ ਅਤੇ ਸਾਡਾ ਮੇਨ ਜਿੱਦਾਂ ਸਗਾ ਬਈ ਅਸੀਂ ਜਾਣਾ ਠੀਕ ਰਹੀ ਆ ਅਤੇ ਫਿਰ ਧੁੰਦ ਪੈਣ ਕਰਕੇ ਉੱਥੇ ਰੁਕ ਗਏ ਅਤੇ ਹੁਣ ਅਸੀਂ ਸੁਬਹਾ ਦੇ ਤੁਰੇ ਹੋਏ ਹਾਂ, ਧੁੰਦ ਵੀ ਜ਼ਿਆਦਾ ਇਸ ਕਰਕੇ ਸਲੋਅ ਡਰਾਈਵ ਹੀ ਕਰ ਰਹੇ ਹਾਂ ਅਤੇ ਆ ਹੈ ਜੀ ਟਿੱਕਰੀ ਨੂੰ ਜਿੱਦਾਂ ਬਈ ਤੁਹਾਨੂੰ ਪਤਾ ਹੀ ਆਪਣੇ ਬੰਦੇ ਜਗਾੜੀ ਬਹੁਤ ਆ, ਸ਼ੋਰਟਕੱਟ ਲੱਭੇ ਲੈਂਦੇ ਆ ਕਿਤੇ ਨਾ ਕਿਤੇ ਉਹ ਟਿੱਕਰੀ ਨੂੰ ਨਾ ਮੇਨ ਕਿਉਂਕਿ ਮੇਨ ਸ਼ਹਿਰ ਦੇ ਵਿੱਚ ਹੀ ਪੈ ਜਾਂਦਾ ਇਹ ਹਨਾ, ਮੇਨ ਦਿੱਲੀ 'ਚ ਇੱਕ ਤਰ੍ਹਾਂ ਦਾ ਪੈ ਜਾਂਦਾ, ਉਹਦੇ ਕਰਕੇ ਇੱਥੇ ਜ਼ਿਆਦਾ ਰਸ਼ ਆ, ਉੱਧਰੋਂ ਤਾਂ ਦੂਸਰੀ ਸਾਈਡ ਤੋਂ ਤਾਂ ਐਂਟਰੀ ਹੈ ਨਹੀਂ ਸੀ, ਉੱਧਰੋਂ ਤਾਂ ਬੰਦ ਆ, ਇੱਥੇ ਧਰਨਾ ਖਤਮ ਹੁੰਦਾ ਉੱਧਰ ਐਂਟਰੀ ਬੰਦ ਆ ਅਤੇ ਹੁਣ ਇੱਧਰ ਦੂਸਰੀ ਸਾਈਡ ਤੋਂ ਆਪਾਂ ਬੈਕ ਸਾਈਡ ਤੋਂ ਜਾ ਰਹੇ ਹਾਂ। ਆ ਬਾਈ ਹੁਣੀ ਵੀ ਇੱਕ ਟੱਕਰਿਆ, ਇਹ ਪਹਿਲਾਂ ਅੱਗੇ ਨਿਕਲ ਗਿਆ ਸੀ ਫਿਰ ਮੁੜ ਕੇ ਆਏ ਆ, ਅਸੀਂ ਵੀ ਇਹਨਾਂ ਦੇ ਮਗਰ ਗੱਡੀ ਲਾ ਲਈ ਆ, ਟੈਂਪੂ ਵਾਪਸ ਆਉਂਦਾ ਉਹਦੇ ਥੋੜ੍ਹੀ ਇੱਕ ਟ੍ਰੈਫਿਕ ਕਰਕੇ ਕਿਉਂਕਿ ਰਸਤਾ ਸਿੱਧ ਨਹੀਂ ਸੀਗਾ ਅਤੇ ਇੱਕ ਧੁੰਦ ਕਰਕੇ ਥੋੜ੍ਹੀ ਜਿਹਾ ਅਸੀਂ ਅੱਗੇ ਇੱਕ ਮੋੜ ਅੱਗੇ ਨਿਕਲਿਆ ਸੀਗੇ ਅਤੇ ਬਸ ਅਸੀਂ ਹੁਣ ਜਾ ਰਹੇ ਹਾਂ, ਬਸ ਪੰਜ ਸੌ ਮੀਟਰ ਆ ਨਾ ਮੇਰੇ ਨਾਲ ਇੱਥੋਂ, ਉਹ ਦੇਖੀ ਦੇਖੀ 500 ਮੀਟਰ ਇਹ ਇਸ ਟਾਈਮ ਲਾਈਵ ਤਸਵੀਰਾਂ ਹੈ ਜੀ ਟਿੱਕਰੀ ਬਾਰਡਰ ਦੀਆਂ। ਚਾਹ ਪੀ ਕੇ ਚੱਲਦੇ ਹਾਂ ਬਾਈ, ਇੱਕ ਮਿੰਟ ਆ ਦੇਖੋ ਜੀ, ਅਧਖਾੜ ਪਾਣੀ ਤੋਂ ਗੋਡਿਆਂ ਦੀ ਅਧਖਾੜ ਅੜਨਾ ਵਿੱਚ ਦਿਖਾਓ ਮੜੀਆਂ ਲੱਤ ਦਿਖਾਓ ਦੇਖੋ ਸਾਡੇ, ਉਹਦੇ ਦੇਖੋ ਜਿਹੜੇ ਖੜੇ ਆ ਬਾਰਡਰਾਂ ਦੇ ਉੱਪਰ ਆ ਕੇ, ਲੱਤ ਦਾ ਦੇਖੋ ਕੀ ਹਾਲ ਹੋਏ ਆ, ਇਹ ਸਰਕਾਰ ਅੰਨੀ ਹੋਈ ਪਈ ਆ, ਇਹਨੂੰ ਦਿਖਦਾ ਨਹੀਂ ਹੈਗਾ, ਇਹਨੂੰ ਐਡੇ ਬੇਫੂ ਬੰਦੇ ਨੂੰ ਇਹਨੂੰ ਆ ਮੂਵ ਦੇ ਦੋ ਦੋ ਟਿਊਬਾਂ ਦੇ ਯਾਰ, ਇਹ ਸੁੱਜ ਜਾਂਦਾ ਜੀ ਲੱਗਦਾ ਜੀ। ਬਾਪੂ ਕਿਉਂ ਸ਼ਰਮਿੰਦਾ ਕਰਦਾ, ਰਹਿੰਦੇ ਨਹੀਂ 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 ਬਾਪੂ ਇਹ ਕੋਈ ਪੈਸੇ ਨਹੀਂ ਹੈਗੇ, ਠੀਕ ਠੀਕ ਕੋਈ ਪੈਸਾ ਨਹੀਂ ਹੈਗਾ ਇਹਦਾ, ਠੀਕ ਦੋਸਤੋ ਇਹਦੇ 'ਚ ਇੱਕ ਗੱਲ ਹੋ ਰਿਹਾ ਕਿ ਇਹ ਜਿਹੜੀ ਵੀਡੀਓ ਬਣਾਉਣ ਦਾ ਕਾਰਨ ਇਹ ਨਹੀਂ ਹੈਗਾ ਕਿ ਅਸੀਂ ਆਹ ਚੀਜ਼ ਲੈ ਕੇ ਆਏ ਹਾਂ ਜਾਂ ਆਹ ਗਰਮ ਪੱਟੀਆਂ ਲੈ ਕੇ ਆਏ ਹਾਂ ਜਾਂ ਅਸੀਂ ਦਿਖਾਈਏ ਕਿ ਅਸੀਂ ਬਹੁਤ ਦਾਨੀ ਆ, ਅਸੀਂ ਕੋਈ ਦਾਨੀ ਦੂਨੀ ਨਹੀਂ ਹੈਗੇ, ਇਹ ਤਾਂ ਸਾਡੇ NRI ਭਰਾਵਾਂ ਨੇ ਅਤੇ ਜਿਨ ਕੁਛ ਇੱਥੋਂ ਅਸੀਂ ਇਕੱਠੇ ਕਰਕੇ ਪੈਸੇ ਅਸੀਂ ਲੈ ਕੇ ਆਏ ਹਾਂ ਆਪਣੇ ਲਈ। ਦੋਸਤੋ ਇਹ ਵੀਡੀਓ ਬਣਾਉਣ ਦਾ ਮੇਨ ਕਾਰਨ ਇਹ ਆ ਕਿ ਅਸੀਂ ਤੁਹਾਨੂੰ ਦਿਖਾ ਸਕੀਏ ਕਿ ਇੱਥੇ ਕਿੱਦਾਂ ਦੇ ਬਜ਼ੁਰਗ ਜਿਨ੍ਹਾਂ ਦੇ ਗੋਡੇ ਦੁਖਦੇ ਆ, ਜਿਨ੍ਹਾਂ ਦੇ ਕਿਸੇ ਦੇ ਸੱਟ ਲੱਗੀ ਆ, ਉਹ ਕਿੱਦਾਂ ਅੱਗੇ ਧਰਨੇ 'ਚ ਬੈਠੇ ਆ। ਇਸ ਵੀਡੀਓ ਦਾ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਨਹੀਂ ਹੈਗਾ ਕਿ ਅਸੀਂ ਇਹ ਚੀਜ਼ਾਂ ਦਿਖਾਈਏ ਕਿ ਅਸੀਂ ਇਹਨਾਂ ਲਈ ਜੇ ਐਂਗਲਟ ਲੈ ਕੇ ਆਏ ਹਾਂ ਜਾਂ ਅਸੀਂ ਇਹਨਾਂ ਲਈ ਮੂਵ ਲੈ ਕੇ ਆਏ, ਅਸੀਂ ਬਹੁਤ ਵੱਡੇ ਦਾਨੀ ਸੱਜਣਾ, ਦਾਨੀ ਦੂਨੀ ਸੱਜਣ ਦੀ ਕੋਈ ਨਹੀਂ ਹੈਗੇ, ਅਤੇ ਇਹ ਤਾਂ ਸਿਰਫ ਜਦੋਂ ਅਸੀਂ ਪਹਿਲੀ ਵਾਰੀ ਧਰਨੇ 'ਤੇ ਦੇਖ ਕੇ ਗਏ ਸੀ ਤਾਂ ਤਰਸ ਆਉਂਦਾ ਨਾ ਬਜ਼ੁਰਗਾਂ ਵੱਲ ਦੇਖ ਕੇ, ਜਿਨ੍ਹਾਂ ਤੋਂ ਤੁਰ ਨਹੀਂ ਹੁੰਦਾ ਜਾਂ ਜਿਨ੍ਹਾਂ ਤੋਂ ਬੈਠ ਨਹੀਂ ਹੁੰਦਾ, ਹੈ ਨਾ, ਤਾਂ ਫਿਰ ਸਵੱਬ ਬਣਿਆ। ਅਤੇ ਸਭ ਤੋਂ ਵੱਡੀ ਗੱਲ ਇਹਨਾਂ ਬਜ਼ੁਰਗਾਂ ਦੇ ਵਿੱਚ ਇਹ ਆ, ਇਹ ਭਾਣੇ ਵਿੱਚ ਰਹਿੰਦੇ ਆ, ਠੀਕ ਆ, ਅਤੇ ਸਬਰ ਹੈ ਇਹਨਾਂ ਦੇ ਵਿੱਚ, ਅਤੇ ਇਹ ਜਿੱਦਾਂ ਕਹਿੰਦੇ ਵੀ ਜ਼ਬਰ ਦਾ ਵਿਰੋਧ ਖਬਰ ਦੇ ਨਾਲ ਦੇ ਰਹੇ ਆ। ਬਿਲਕੁਲ ਬਿਲਕੁਲ, ਜ਼ੁਲਮ ਇੰਨਾ ਵੱਧ ਗਿਆ ਸਰਕਾਰ ਦਾ, ਜਿੰਨਾ ਕਿਸਾਨ ਨੂੰ ਮਾਰ ਕੇ ਤੁਲਿਆ, ਅੱਜ ਤਾਈਂ ਆ ਪਹਿਲਾ ਰਿਕਾਰਡ ਤੋੜਾ ਵੀ ਆ, ਪ੍ਰਧਾਨ ਮੰਤਰੀ ਆਇਆ ਜੀ ਨੇ ਸਾਨੂੰ ਖੇ ਕਰਤੀ ਸਾਡੀ ਰੋਲਤ ਆ ਸਾਨੂੰ, ਬਿਲਕੁਲ ਬਿਲਕੁਲ, ਪਹਿਲਾਂ ਮਾੜੀ ਮੋਟੀ ਭੂਰ ਚੂਨ ਸਾਨੂੰ ਮਿਲਦੀ ਰਹਿੰਦੀ ਜਿਸ ਦੇ ਟਿੱਕੇ ਰਹਿੰਦੇ ਸੀ, ਬਿਲਕੁਲ, ਇਹਨੇ ਆ ਕੇ ਸਾਡੇ ਗਲ ਗੂਠਾ ਦੇ ਰਿਹਾ ਕਿ ਹੁਣ ਸਾਡੇ ਸਬਰ ਸਾਡਾ ਟੁੱਟ ਗਿਆ, ਠੀਕ ਆ ਜੀ, ਵੇਖੋ ਜਦੋਂ ਸਾਡੇ ਕੋਲ ਜ਼ਮੀਨ ਨਾ ਰਹੀ ਕੁਛ ਵੀ ਨਹੀਂ ਰਹਿੰਦਾ, ਬਿਲਕੁਲ ਬਿਲਕੁਲ, ਹੁਣ ਪਸ਼ੂ ਰੱਖਦੇ ਆ, ਦੁੱਧ ਪੈ ਕਰੇ 10-10 ਲੀਟਰ ਜਵਾਕਾਂ ਨੂੰ, ਫਿਰ ਅਸੀਂ ਪਸ਼ੂ ਕਿੱਥੋਂ ਰੱਖਾਂਗੇ। ਬੀਬੀ ਜੀ ਕਿਹੜੀ ਜਗ੍ਹਾ ਤੋਂ ਆਏ ਆ ਜੀ? ਲੁਧਿਆਣਾ ਜ਼ਿਲ੍ਹਾ ਬੱਤਾ ਸਾਡਾ। ਕਿੰਨੇ ਦਿਨ ਹੋ ਗਏ ਜੀ ਆਇਆਂ ਨੂੰ? 21 ਤਰੀਕ ਦੇ ਜੀ ਸਾਡੇ ਬੱਤ ਆਏ ਹੋਏ ਆ, ਬਾਬਾ ਨੂੰ ਵੀ ਨਾਲੇ ਆਉਣਾ ਚਾਹੀਦਾ। ਬਿਲਕੁਲ ਬਿਲਕੁਲ ਮਾਤਾ ਜੀ, ਮੈਂ ਇਹ ਕਾਨੂੰਨਾਂ ਦੇ ਬਾਰੇ ਮੈਂ ਚਾਰ ਕਲੈਣਾ ਕਹਿਣ ਜਾ ਰਿਹਾ ਜੀ। ਇੱਥੇ ਭਜਦਿਆਂ ਨੂੰ ਬਹਾਣ ਥੇ ਆਉਣ ਨਾ, ਉੱਥੋਂ ਭਜਦਿਆਂ ਨੂੰ ਬਹਾਣ ਥੇ ਆਉਣ ਨਾ, ਉਹ ਸੇਰ ਜਾਗ ਪੇ ਜਾਂ ਸੁੱਤੇ, ਤੇਰੇ ਆਈ ਡੀ ਨੇ ਸਤਿੰਦਰ ਕਾਨੂੰਨ ਮੋਦੀਆਂ,
ਅਸੀਂ ਮੋੜ ਦਾਂਗੇ ਪੁੱਠੇ ਤੇਰੇ ਆਈਡੀ ਨੇ ਸਚੰਦਰੇ ਕਾਨੂੰਨ ਮੋਦੀਆ ਓਏ ਅਸੀਂ ਮੋੜ ਦਾਂਗੇ ਪੁੱਠੇ ਚੰਦਰੀ ਕਰੋਨਾ ਦਾ ਤੈ ਬੜਾ ਬੇੜਾ ਪਾਲਿਆ ਓਏ ਜ਼ੁਲਮ ਕਮਾਇਆ ਕਿੱਡਾ ਦਿਲਾਂ ਦੇ ਅਕਾਲਿਆ ਇੱਥੇ ਬਾਦਲ ਦੀ ਜੋੜੀ ਮਾਰੇ ਸਾਥੀਆਂ ਬਾਦਲ ਦੀ ਜੋੜੀ ਮਾਰੇ ਸਾਥੀਆਂ ਜਦੋਂ ਕਰਨ ਨੇ ਤੇ ਸੈਨੇ ਉਦੋਂ ਕਾਹਤੋਂ ਨਾ ਰੁੱਸੇ ਤੇਰੇ ਆਈਡੀ ਨੇ ਸਚੰਦਰ ਕਾਨੂੰਨ ਮੋਦੀਆ ਓਏ ਅਸੀਂ ਮੋੜ ਦਾਂਗੇ ਪੁੱਠੇ ਬਹੁਤ ਵਧੀਆ ਬਾਬਾ ਜੀ ਜਿਥੇ ਮੁਕਾਮ ਤੇ ਆ ਕੇ ਆਪਾਂ ਖੜੇ ਆ ਇਹ ਤਾਕਤ ਤੋਂ ਬਿਨਾਂ ਖੜੇ ਨਹੀਂ ਸੀ ਸਕਦੇ ਆਪਾਂ ਤਾਕਤ ਦਾ ਤਾਂ ਲੱਗ ਗਿਆ ਪਤਾ ਦੂਜੀ ਗੱਲ ਕਰਦੇ ਆ ਹਾਂਜੀ ਜਾਂ ਮੋਦੀ ਸਰਕਾਰ ਆ ਕੇ ਮੈਨੂੰ ਸਤਿ ਸ੍ਰੀ ਅਕਾਲ ਬੁਲਾ ਦੇ ਮੈਂ ਮੰਨ ਗਈ ਮੈਂ ਵੀ ਮਾਂ ਦਾ ਪੁੱਤ ਉਹ ਵੀ ਮਾਂ ਦਾ ਪੁੱਤ ਹੋਰ ਨੀ ਮੈਂ ਵੱਧ ਕੁਛ ਬੋਲਣਾ ਚਾਹੁੰਦਾ ਸਾਡੇ ਵੋਟਾਂ ਨੂੰ ਜਾਂਦਾ ਸੀ ਅਸੀਂ ਸਤਿਕਾਰ ਕਰਦੇ ਸੀ ਠੀਕ ਹੈ ਨਾ ਗੱਲ ਹੁਣ ਸਾਨੂੰ ਆ ਕੇ ਸਤਿ ਸ੍ਰੀ ਅਕਾਲ ਹੀ ਬੁਲਾ ਦਿਓ ਉਹਦੇ ਨਾਲ 10 ਸਾਲ ਵੱਡੇ ਛੋਟੇ ਨੇ ਮੇਰੀ 83 ਸਾਲ ਦੀ ਅਰਜ਼ ਹੈ ਮੈਨੂੰ ਕਿਸੇ ਕੰਮ ਚ ਲਾ ਦਿਓ ਇੱਥੇ ਮੈਂ ਮਰਨ ਦੀ ਖਾਤਰ ਆਏ ਜੇ ਸਾਡੇ ਬੱਚਿਆਂ ਦੀ ਜਾਇਦਾਦ ਗਈ ਤੇ ਅਸੀਂ ਦੂਜੇ ਕੰਮਾਂ ਤੋਂ ਕਦੇ ਨਾ ਮਾਫ਼ ਕਰ ਦੂੰ ਕਦੇ ਨਾ ਮਾਫ਼ ਕਰ ਦੂੰ ਸਾਡੀ ਇਕੱਲੀ ਜਾਇਦਾਦ ਸਾਡੇ ਕੋਲ ਰਹਿ ਜੇ ਤੇ ਅਸੀਂ ਆ ਜੱਗ ਤੇ ਸੁਰਗ ਕਰਾਂਗੇ ਠੀਕ ਹੈ ਨਾ ਹੋਰ ਬਾਹਾਂ ਮੰਡੀਆਂ ਚੰਗੀਆਂ ਬੋਲਣੀਆਂ ਬਹੁਤ ਮਾੜੀ ਗੱਲ ਜਾਂ ਮੈਨੂੰ ਸਤਿ ਸ੍ਰੀ ਅਕਾਲ ਬੁਲਾ ਲਿਆ ਖੜੀ ਦੁਨੀਆਂ 'ਚ ਮੈਂ ਮੰਨ ਜੂ ਵੀ ਠੀਕ ਆ ਵੀ ਮੇਰੇ ਨਾਲ ਤਾਕਤ ਵਾਲਾ ਸੀ ਆਵੇ ਇਕੱਲਾ ਨਰੋਲ ਭੁੱਲਣਾ ਭੁੱਲ ਲੇ ਮੇਰੇ ਨਾਲ ਗੱਲ ਵੀ ਨਹੀਂ ਜੇ ਮੰਨਣ ਮਨਾਉਣਾ ਮੰਨਣ ਮਨਾਉਣ ਜੇ ਮੈਂ ਬਾਪੂ ਆਤਾ ਤਾਂ ਮੈਂ ਹਰ ਗਿਆ ਤੇ ਜੋ ਬਾਪੂ ਆ ਗਿਆ ਤਾਂ ਸਾਰੀ ਜਨਤਾ ਦੇ ਕੇਸ ਪ੍ਰਭੂ ਕਰਦੇ ਮੋਦੀ ਨੇ ਤਾਂ ਮਿੰਟਾਂ ਵੇਖਣੀ ਨਾ 16 ਮੱਝਾਂ ਹਜੇ ਖੜੀਆਂ ਮੇਰੇ ਘਰੇ ਤੇ ਮੈਂ ਇਕੱਲਾ ਦੇਖ ਕੇ ਮੇਰਾ ਬੇਟਾ ਤੇ 4 ਪੋਤੀਆਂ ਅਸੀਂ ਸਾਰੇ ਦੁੱਧ ਪੀਣਾ ਮੋਦੀ ਤੋਂ ਵੀ ਉੱਪਰ ਜੇ ਕੋਈ ਹੈਗਾ ਉਹ ਵੀ ਆ ਜਾਵੇ ਮੋਹਰੇ ਏਦਾਂ ਦੇ ਜਜਬੇ ਦੇ ਮੋਹਰੇ ਕੋਈ ਖੜ ਸਕਦਾ ਕੋਈ ਕਿਹਦੇ ਬਸ ਦੀ ਗੱਲ ਨੀ ਹੈਗੀ ਏਦਾਂ ਦੇ ਜਜਬੇ ਮੋਹਰੇ ਖੜਨਾ ਅਸੀਂ ਗੁਰੂ ਗੋਬਿੰਦ ਸਿੰਘ ਦੇ ਬੱਚੇ ਆ ਜੀ ਨਹੀਂ ਆਪਦੇ ਬੱਚੇ ਵਾਸਤੇ ਅਸੀਂ ਬੱਚਿਆਂ ਦੀ ਖਾਤਰ ਹੀ ਆਏ ਬਿਲਕੁਲ ਬਿਲਕੁਲ ਪਰ ਮੇਰੀ ਇੱਕ ਹੀ ਅਰਜ਼ਾ ਵੀ ਨਾ ਮੈਂ ਡਾਂਗਲਾ ਨਾ ਸੋਟੀ ਲਾ ਮੇਰੇ ਨਾਲ ਮੋਦੀ ਆ ਕੇ ਕੁਲ ਪੇ ਜੇ ਮੈਂ ਟਹਿ ਗਿਆ ਤੇ ਸਾਡੀ ਸਾਰੀ ਜਨਤਾ ਟਹਿ ਗਈ ਤੇ ਜੇ ਮੋਦੀ ਟਹਿ ਗਿਆ ਤੇ ਜਾ ਕੁਛ ਕਿਆ ਮੈਂ ਕਹਿ ਦੇ ਇਹ ਵੇਖ ਲਓ ਗੱਲ ਮੈਂ ਤਾਂ ਕੀ ਜਾਣਦਾ ਮੈਂ ਫਾਲਤੂ ਹੋਰ ਗੱਪ ਮਾਰੀ ਜਾਵਾਂ ਕੋਈ ਮਿੰਟ ਠੀਕ ਹੈ ਨਾ ਗੱਲ ਜੇ ਸਾਡੀ ਯਾਦਾਤ ਹੀ ਛੱਡ ਦੇਵੇ ਅਸੀਂ ਭੁੱਖੇ ਨਹੀਂ ਮਰਦੇ ਸਾਰੀ ਜਨਤਾ ਪਾਲਾਂਗੇ ਅੱਗੇ ਵੀ ਜਨਤਾ ਨੂੰ ਠੀਕ ਹੈ ਜਨਾਬ ਸਾਡਾ ਤਾਂ ਆਹੀ ਅਰਜ਼ ਹੈ ਮੈਂ ਹੋਰ ਗੱਲ ਆਖਣੀ ਬਹੁਤ ਮਾੜੀ ਹੈ ਕਿਸਾਨ ਹੀ ਪਾਲ ਰਿਹਾ ਕਿਸਾਨ ਠੀਕ ਹੈ ਉਹਦੇ ਕਰਮਾਂ 'ਚ ਲਿਖੀ ਸੀ ਇੰਦਰਾ ਗਾਂਧੀ ਨੂੰ ਅਗਲਿਆਂ ਨੇ 1 ਮਹੀਨਾ ਪਹਿਲਾਂ ਦੱਸਤਾ ਸੀ ਵੀ ਤੂੰ ਅੰਮ੍ਰਿਤਸਰ 'ਤੇ ਟਿੱਕ ਕਰੇਂਗੀ ਉਹ ਕਹਿੰਦੀ ਮੈਂ ਪਾਠ ਕਰਦੀ ਹਾਂ ਮੈਂ ਟਿੱਕ ਨਹੀਂ ਕਰਦੀ 10 ਦਿਨ ਫਿਰ ਆ ਪਹਿਲਾਂ ਦੱਸਿਆ ਕਿਸੇ ਮੰਤਾ ਨੇ ਕਹਿੰਦੀ ਨਹੀਂ ਟਿੱਕ ਕਰਦੀ ਅਖੀਰ ਟਿੱਕ ਕਰਿਆ ਅਤੇ ਉਹਨਾਂ ਨੇ ਕਹਿੰਦਾ ਸੀ ਜਦੋਂ ਟਿੱਕ ਹੋ ਗਿਆ ਨਾ ਗੋਲੀ ਮਗਰੋਂ ਚੱਲੂ ਪਹਿਲਾਂ ਤੂੰ ਚੱਲੇਂਗੀ ਚੱਲ ਗਈ ਦੁਨੀਆਂ ਤੋਂ ਕਹਿੰਦੀ ਸਹੀ ਗੱਲ ਆ ਝੰਡਾ ਜਿਹੜਾ 26 ਜਨਵਰ ਨੂੰ ਹੱਲੂ ਨਾ ਮੈਂ ਤਾਂ ਇੱਥੇ ਖੜਾ ਪਤਾ ਨਹੀਂ ਕਿਹੜਾ ਮਾਈ ਦਾ ਲਾਲ ਝੰਡੇ ਨੂੰ ਝੂਟਾ ਦੇ ਜੂ ਅਤੇ ਮੋਦੀ ਲਿਖ ਲਏ ਗੱਲ ਲੋਕਾਂ ਨੂੰ ਪਿਆਰ ਨਾਲ ਜਿਹੜਾ ਕੁਛ ਮੰਗਦੇ ਆ ਜੱਟ ਉਹਨਾਂ ਦੇ ਜੱਟ ਨਜਾਇਜ਼ ਮੰਗਦਾ ਵੀ ਮੰਗਦਾ ਨਹੀਂ ਅਸੀਂ ਆਪਦੀ ਜਾਇਦਾਦ ਮੰਗਦੇ ਵੱਡਾ ਮੇਨ ਮੁੱਦਾ ਸਾਡੀ ਜਾਇਦਾਦ ਅਤੇ ਮੰਡੀ ਕਰਨ ਸਾਡਾ ਮਾਜ ਨਾਲ ਸੰਪਰਕ ਨਾ ਤੋੜੇ ਕਿਉਂ ਬੈਂਕ ਆ ਜਿਹੜਾ ਉਹ ਕੀ ਸਾਨੂੰ ਦੇਊਗਾ ਕੁਛ ਨਹੀਂ ਦਿੰਦਾ ਜੇ ਸ਼ਾਹੂਕਾਰ ਹੈ ਅਸੀਂ ਉਹਦਾ 20,000 ਵੀ ਦੇਣਾ ਨਾ ਜਦੋਂ ਸੁਨੇਹਾ ਭੇਜਤਾ ਮੈਨੂੰ 2-4 ਹਜ਼ਾਰ ਦੀ ਲੋੜ ਆ ਉਹ ਆ ਕੇ ਉਹ ਦੂਜਾ ਸਾਡਾ 9 ਮਾਸ ਵਾਲਾ ਰਿਸ਼ਤਾ ਉਹ ਤਾਂ ਨਾ ਦਲਾਲ ਹੈ ਸਾਡਾ 9 ਮਾਸ ਵਾਲਾ ਰਿਸ਼ਤਾ ਮੇਰੇ ਨਾਲ ਆ ਕੇ ਘੁਲ ਲੈ ਇੱਕ ਗੱਲ ਤੇ ਕੱਟਾ ਕੱਟੀ ਕੱਢ ਲਾਂਗੇ ਅਸੀਂ
दोस्तों आज दी वीडियो थानू किस तरह दी लगी सानू कमेंट विच जाके जरूर दसो जी अते साडे YouTube चैनल अते Facebook पेज नू लाइक शेयर जरूर करो जी थोड़ा एक शेयर साडी टीम लई हौसला अफजाई दा काम करेगा धन्यवाद।